मैं इत्थे स्टिचिंग दी सेवा करदी आं। परिवार दा गुजारा किदां चलदा? परिवार विच मैं आ, मेरी बेटी है, बेटा सी एक्सपायर हो गया सीगा। शेर बच्चे, शेर वीर जेड़े दुद्ध नाल नहाते, मक्खणा च पले, ट्रालियां च सुते पए आ, चाहे मेरे नेरी आई, मीं आया, झक्खड़ जो भी, सानू किस तरह घर नींद आ जावे। ਤੁਹਾਡੇ ਸਾਰੇ ਸ਼ੇਰ ਕੁੱਤਾਂ ਦੇ ਵਿੱਚ ਆਪਣਾ ਬੇਟਾ ਨਜ਼ਰ ਆਉਂਦਾ। ਮੇਰੇ ਮੈਂ 80% ਵਿਕਲਾਂਗ ਆ। ਤੇ ਫਿਰ ਵੀ ਤੁਸੀਂ ਇਹ ਇਹ ਸੰਘਰਸ਼ ਵਿੱਚ ਨਿਸ਼ਕਾਮ ਸੇਵਾ 'ਚ ਲੱਗੇ ਹੋਏ ਹੋ? ਮਨ ਨਹੀਂ ਇੱਥੇ ਆ ਕੇ ਖੁਸ਼ੀ ਮਿਲਦੀ ਹੈ ਸਭ ਨੂੰ ਦੇਖ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚ ਚੁੱਕੇ ਹਾਂ ਜੀ ਦਿੱਲੀ ਦੇ ਸਿੰਘੂ ਬਾਰਡਰ 'ਤੇ, ਜਿੱਥੇ ਕਿਸਾਨ ਮੋਰਚਾ ਲੱਗਾ ਹੋਇਆ, ਜਿਹਨੂੰ ਸੰਯੁਕਤ ਕਿਸਾਨ ਮੋਰਚਾ ਕਹਿੰਦੇ ਹਾਂ। ਉੱਥੇ ਜਿੱਥੇ ਵੱਖ ਵੱਖ ਤਰ੍ਹਾਂ ਦੇ ਲੋਕਾਂ ਨੇ ਲੰਗਰ ਲਾਏ ਆ, ਛਬੀਲਾਂ ਲਾਈਆਂ ਆ, ਕੋਈ ਜੋੜਿਆਂ ਦੀ ਸੇਵਾ ਕਰਦਾ ਆ, ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰਦਾ, ਕੁਛ ਡਾਕਟਰੀ ਦੀ ਮੈਡੀਸਨ ਦੀ ਸੇਵਾ ਕਰਦਾ ਆ। ਉੱਥੇ ਹੀ ਤੁਹਾਨੂੰ ਦਿਖਾਵਾਂਗੇ ਇੱਕ ਹੋਰ ਨਿਸ਼ਕਾਮ ਸੇਵਾ, ਜਿੱਥੇ ਬੀਬੀ ਜੀ ਉਹ ਦਿੱਲੀ ਤੋਂ ਨੇ, ਉਹ ਪਿਛਲੇ 6 ਮਹੀਨੇ ਤੋਂ ਕਛਹਿਰਿਆਂ ਕੁੜਤਿਆਂ ਦੀ, ਮਤਲਬ ਟੇਲਰਿੰਗ ਦੀ ਜਿਹੜੀ ਆ, ਦਰਜੀ ਦੀ ਸੇਵਾ ਕਰ ਰਹੇ ਨੇ। ਅਤੇ ਆਓ ਆਪਾਂ ਬੀਬੀ ਜੀ ਨਾਲ ਗੱਲ ਕਰਾਂਗੇ ਅਤੇ ਉਹਨਾਂ ਤੋਂ ਪੁੱਛਾਂਗੇ ਕਿ ਉਹ ਕਦੋਂ ਤੋਂ ਸੇਵਾ ਕਰ ਰਿਹਾ, ਉਹ ਇਹ ਨਿਸ਼ਕਾਮ ਸੇਵਾ ਕਰ ਰਿਹਾ ਅਤੇ ਇਸ ਇੱਥੇ ਕਦੋਂ ਦੇ ਆ ਕੇ ਬੈਠੇ ਆ। ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਤੁਸੀਂ ਇੱਥੇ ਕਿਹੜੀ ਸੇਵਾ ਕਰ ਰਹੇ ਹੋ ਜੀ? ਮੈਂ ਇੱਥੇ ਸਟਿਚਿੰਗ ਦੀ ਸੇਵਾ ਕਰਦੀ ਹਾਂ। ਉਹ ਸ਼ੁਰੂ ਵਿੱਚ ਲੰਗਰ ਵੀ ਵੰਡ ਦਿੰਦੀ ਸੀ, ਜਿਸ ਤਰ੍ਹਾਂ ਵੀ ਮਤਲਬ ਹੁੰਦਾ, ਸੇਵਾ ਜੀ ਕਰਦੀ ਹਾਂ, ਸਭ ਕੁਝ ਸਟਿਚਿੰਗ ਮੇਨ ਹੈ ਮੇਰਾ। ਹਾਂਜੀ। ਅਤੇ ਕਿੰਨੇ ਚਿਰ ਤੋਂ ਇੱਥੇ ਬੈਠੇ ਹਾਂ ਜੀ? ਮੈਂ 30 ਨਵੰਬਰ ਤੋਂ ਇੱਥੇ ਹੀ ਹਾਂ, 26 ਨੂੰ ਸ਼ੁਰੂ ਹੋਇਆ ਸੀਗਾ। ਠੀਕ ਹੈ ਜੀ। ਹਾਂਜੀ, 30 ਤੋਂ ਇੱਥੇ ਹੀ ਹਾਂ ਮੈਂ। ਤੋ ਕਿਹੜੀ ਕਿਹੜੀ ਚੀਜ਼ ਦੀ ਇੱਥੇ ਤੁਸੀਂ ਜਿਹੜੀ ਸਟਿਚਿੰਗ ਕਰਦੇ ਹੋ? ਹਾਂਜੀ, ਮੈਂ ਪਹਿਲਾਂ ਤਾਂ ਘਰ ਕਰਦੀ ਸੀ, ਅਪ ਡਾਊਨ ਦਿੱਲੀਓਂ ਕਰਦੀ ਸੀ ਡੇਲੀ, ਮਤਲਬ 5 ਮਹੀਨੇ ਅਪ ਡਾਊਨ ਕਰਦੀ ਰਹੀ। ਫਿਰ ਹੁਣ ਲੋਕਡਾਊਨ ਦੀ ਵਜ੍ਹਾ ਨਾਲ ਬੜੀ ਪਰੇਸ਼ਾਨੀ ਹੁੰਦੀ ਸੀ, ਤੰਗ ਕਰਦੇ ਨੇ। ਫਿਰ ਮੈਂ 5 ਮਹੀਨੇ ਬਾਅਦ ਇੱਥੇ ਇੱਕ ਵਾਪਸ ਉਹਨਾਂ ਨਾਲ ਰਿਕੁਐਸਟ ਕੀਤੀ, ਉਹਨਾਂ ਨੇ ਕਿਹਾ ਕਿ ਤੁਸੀਂ ਇਹ ਖਾਲੀ ਪਿਆ ਸਾਡਾ, ਇੱਥੇ ਰਹਿਣ ਲੱਗ ਜਾਓ ਤੁਸੀਂ। ਹਾਂਜੀ। ਕਿ ਇਹ ਇਹ ਜਿਹੜੀ ਤੁਸੀਂ ਇੱਥੇ ਸਟਿਚਿੰਗ ਦੀ ਕਰਦੇ ਹੋ, ਕੰਮ ਕਰਦੇ ਹੋ, ਕਿ ਇਹਦੀ ਤੁਸੀਂ ਕੁਛ ਲੈਨੇ ਵੀ ਉਹ ਸੇਵਾ ਲੈਨੇ ਆ ਕੁਛ? ਨਹੀਂ ਜੀ, ਸਟਿਚਿੰਗ ਦੀ ਕੋਈ ਸੇਵਾ ਨਹੀਂ, ਬਿਲਕੁਲ ਫ੍ਰੀ ਸੇਵਾ ਕਰ ਰਹੇ ਹੋ। ਫ੍ਰੀ ਸੇਵਾ। ਤੇ ਫਿਰ ਪਰਿਵਾਰ ਦਾ ਗੁਜ਼ਾਰਾ ਕਿਦਾਂ ਚੱਲਦਾ ਪਿੱਛੇ? ਪਰਿਵਾਰ ਵਿੱਚ ਮੈਂ ਆ, ਮੇਰੀ ਬੇਟੀ ਹੈ, ਬੇਟਾ ਸੀ ਐਕਸਪਾਇਰ ਹੋ ਗਿਆ ਸੀਗਾ, 12ਵੀਂ ਪਾਸ ਕੀਤੀ ਸੀ ਉਹਨਾਂ ਨੇ, 4 ਸਾਲ ਹੋ ਗਏ ਐਕਸਪਾਇਰ ਹੋ ਗਿਆ ਸੀ, ਆਪ ਦੰਗਿਆਂ ਵਿੱਚ ਹੋ ਗਏ ਸੀ। ਸੋਰੀ ਚਾਹਾਂਗੇ, ਮੈਂ ਤੁਹਾਡਾ ਦਿਲ ਦੁਖਾਇਆ। ਤੇ ਜਦੋਂ ਤੁਸੀਂ ਇੱਥੇ ਸਟਿਚਿੰਗ ਦੀ ਸੇਵਾ ਕਰਨ, ਪਹਿਲਾਂ 5 ਮਹੀਨੇ ਤੁਸੀਂ ਲਗਾਤਾਰ ਅਪ ਡਾਊਨ ਘਰੋਂ ਘਰ ਚ ਲਿਆਂਦੀ ਸੀ, ਇੱਥੇ ਲੰਗਰ ਵੀ ਵੰਡਣਾ, ਥੱਕ ਜਾਂਦੀ ਸੀ ਬਹੁਤ। ਕਿਵੇਂ ਮਨ ਦੇ ਵਿੱਚ ਆਇਆ ਕਿ ਕਿਸਾਨ ਸੰਘਰਸ਼ ਵਿੱਚ ਇਹ ਇੱਕ ਸੇਵਾ ਆ, ਇਹ ਕਰਨੀ ਜ਼ਰੂਰੀ ਆ? ਜਿਹੜੇ ਆਪਣੇ ਸ਼ੇਰ ਬੱਚੇ, ਸ਼ੇਰ ਵੀਰ ਜਿਹੜੇ ਦੁੱਧ ਨਾਲ ਨਹਾਤੇ, ਮੱਖਣਾਂ 'ਚ ਪਲੇ, ਟਰਾਲੀਆਂ 'ਚ ਸੁੱਤੇ ਪਏ ਆ, ਚਾਹੇ ਮੇਰੇ ਨੇਰੀ ਆਈ, ਮੀਂਹ ਆਇਆ, ਝੱਖੜ ਜੋ ਵੀ, ਸਾਨੂੰ ਕਿਸ ਤਰ੍ਹਾਂ ਘਰ ਨੀਂਦ ਆ ਜਾਵੇ, ਇੱਕ ਗੱਲ। ਦੂਜੀ ਗੱਲ, ਮੈਨੂੰ ਤੁਹਾਡੇ ਸਾਰੇ ਸ਼ੇਰ ਕੁੱਤਾਂ ਦੇ ਵਿੱਚ ਆਪਣਾ ਬੇਟਾ ਨਜ਼ਰ ਆਉਂਦਾ, ਆਪਣਾ ਭਰਾ ਨਜ਼ਰ ਆਉਂਦਾ, ਜਿਹੜੇ 1 ਅਪ੍ਰੈਲ ਨੂੰ ਇੱਥੇ, ਇਹੀ ਸਭ ਮੇਰਾ ਕਾਰਨ ਹੈਗਾ। ਅਤੇ ਬਹੁਤ ਵਧੀਆ ਗੱਲ ਕੀਤੀ ਆ ਕਿ ਇਸ ਸੜਕਾਂ 'ਤੇ ਬੈਠੇ ਸੰਘਰਸ਼ ਕਰ ਰਹੇ ਕਿਸਾਨਾਂ ਦਾ, ਜਿੱਥੇ ਤੁਹਾਡੇ ਅੰਦਰ ਦਰਦ ਉੱਠਿਆ ਆ, ਉਸ ਦਰਦ ਨੂੰ ਲੈ ਕੇ ਤੁਸੀਂ ਇਸ ਇਹ ਸੇਵਾ ਕਰਨ ਲਈ ਆਏ ਹੋ, ਅਤੇ ਤੁਹਾਡਾ ਕਿਸੇ ਨੇ ਸਾਥ ਦਿੱਤਾ ਅੱਜ ਤੱਕ? ਮੇਰਾ ਇਹੀ ਸ਼ੇਰ ਬੱਚੇ ਹੌਸਲਾ ਵਧਾਉਂਦੇ ਆ ਕਿ ਜਿੱਤ ਕੇ ਜਾਵਾਂਗੇ, ਇਹ ਸਭ ਤੋਂ ਵੱਡਾ ਹੌਸਲਾ ਹੈ ਕਿ ਜਿਹੜੇ ਕਾਨੂੰਨ ਕਾਲੇ ਹੈਗੇ ਰੱਦ ਹੋ ਜਾਣ, ਕਿਸਾਨ ਆਪਣੇ ਪਰੇਸ਼ਾਨ ਹੁੰਦੇ ਆ, ਇਸ ਤੋਂ ਵੱਡੀ ਹੋਰ ਖੁਸ਼ੀ ਕਿਹੜੀ ਹੈ? ਹਾਂ, ਜਿੱਤ ਹੀ ਤੁਹਾਡੇ ਲਈ ਸਭ ਤੋਂ ਵੱਡੀ ਖੁਸ਼ੀ ਆ, ਕਿ ਉਸ ਖੁਸ਼ੀ ਦਾ ਕਰਕੇ ਹੀ ਤੁਸੀਂ ਆਪਣੇ ਜਿਹੜੀ ਆ ਪਰਿਵਾਰ ਦੀ ਰੋਜ਼ੀ ਰੋਟੀ ਕਮਾਉਣ ਦੀ ਜਗ੍ਹਾ ਇਹ ਸੇਵਾ ਦੇ ਵਿੱਚ ਲੱਗੇ ਹੋਏ ਹੋ। ਅਤੇ ਕੀ ਸੰਦੇਸ਼ ਜਾਣਾ ਦੇਣਾ ਚਾਹੁੰਦੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਤੱਕ ਸੰਘਰਸ਼ ਵਿੱਚ ਨਹੀਂ ਆਏ? ਜਿਹੜੇ ਅੱਜ ਤੱਕ ਸੰਘਰਸ਼ ਨਹੀਂ ਆਏ, ਉਹਨਾਂ ਨੂੰ ਆਉਣਾ ਚਾਹੀਦਾ, ਉਹਨਾਂ ਨੂੰ ਸਾਡੇ ਵਿੱਚ ਇਕੱਠ ਦੇ ਵਿੱਚ ਖੜਾ ਹੋਣਾ ਚਾਹੀਦਾ। ਜਿੰਨਾ ਇਕੱਠ ਜ਼ਿਆਦਾ ਹੋਏਗਾ, ਉਹਨਾਂ ਪ੍ਰਾਈਮ ਮਿਨਿਸਟਰ 'ਤੇ ਕੁਛ ਤਾਂ ਅਸਰ ਪਊਗਾ। ਉਹਨਾਂ ਨੂੰ ਆਉਣਾ ਚਾਹੀਦਾ, ਘਰਾਂ 'ਚ ਬਹਿ ਕੇ ਕੀ ਫਾਇਦਾ ਹੈਗਾ,
ਅਸੀਂ ਵੀ ਤਾਂ ਦਿੱਕਤ ਚੱਕ ਰਹੇ ਹਾਂ, ਅਸੀਂ ਵੀ ਗਰਮੀ 'ਚ ਬੈਠੇ ਹਾਂ ਸਭ, ਸਾਨੂੰ ਵੀ ਏਸੀ 'ਚ ਸੌਣਾ ਆਉਂਦਾ, ਇੱਕ ਗੱਲ ਹੈ ਅਸੀਂ ਉਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਕਿ ਇਹ ਸਾਰਿਆਂ ਦਾ ਸੰਘਰਸ਼ ਹੈ, ਖਾਲੀ ਇੱਕ ਦਾ ਨਹੀਂ ਹੈਗਾ। ਕਈ ਲੋਕ ਸੋਚਦੇ ਨੇ ਇਹ ਸਿੱਖਾਂ ਦਾ ਹੈਗਾ, ਸਿੱਖ ਲੋਕ ਫਰੰਟ ਵਿੱਚ ਆਏ ਨੇ, ਇਹ ਪੂਰੇ ਆਲ ਜਿੰਨੇ ਵੀ ਜਾਤੀ ਦੇ ਹੈਗੇ ਕਿਸਾਨ ਸਾਰਿਆਂ ਵਾਸਤੇ ਹੈਗਾ ਜੀ। ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ, ਇਹ ਸੰਘਰਸ਼ ਕੇਵਲ ਸਿੱਖਾਂ ਦਾ ਨਹੀਂ ਹੈ, ਕਿ ਇਸ ਨੂੰ ਸੰਘਰਸ਼ ਨੂੰ ਜਿਵੇਂ ਆਮ ਲੋਕ ਕਿਸਾਨ ਮਜ਼ਦੂਰ ਦਾ ਸੰਘਰਸ਼ ਕਹਿ ਦਿੰਦੇ ਆ, ਕਿ ਇਹ ਸੰਘਰਸ਼ ਹੁਣ ਜਨ ਅੰਦੋਲਨ ਹੀ ਬਣ ਗਿਆ? ਹੈ ਹੀ ਜਨ ਅੰਦੋਲਨ, ਇੱਥੇ ਜਨਤਾ ਅੰਦੋਲਨ ਹੀ ਬਣ ਗਿਆ ਹੈਗਾ। ਇੱਥੋਂ ਜਿੱਤ ਕੇ ਜਾਣਾ ਚਾਹੀਦਾ, ਨਹੀਂ ਤਾਂ ਇੱਥੇ ਸ਼ਹੀਦ ਹੋ ਜਾਣਾ ਚਾਹੀਦਾ, ਜਦ ਤੱਕ ਜਾਣਾ ਹੀ ਨਹੀਂ ਚਾਹੀਦਾ। ਮੇਰਾ ਖਿਆਲ ਹੈ ਮੈਂ ਤਾਂ ਇੱਥੇ ਜਾਊਂਗੀ ਨਾ। ਬਹੁਤ ਵੱਡਾ ਮੈਸੇਜ ਦਿੱਤਾ ਇਹਨਾਂ ਨੇ ਕਿ ਜਾਂ ਤਾਂ ਜਿੱਤ ਕੇ ਜਾਵਾਂਗੇ ਜਾਂ ਮਰ ਕੇ ਜਾਵਾਂਗੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੁਰਖਾਬ ਟੀਵੀ ਲਈ ਜੀ। ਕੁਛ ਕਹਿਣਾ ਚਾਹੁੰਦੇ ਆ ਜੀ? ਹਾਂਜੀ, ਦੇਖੋ ਮੇਰੇ, ਮੈਂ 80% ਵਿਕਲਾਂਗ ਆ। ਅੱਛਾ ਜੀ, 80% ਡਿਸੇਬਲ ਹੋ ਕੇ ਵੀ ਇਹ ਸਟਿਚਿੰਗ ਦੀ ਸੇਵਾ ਕਰ ਰਹੇ ਨੇ। ਉਹ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਕੰਨ ਦੇ ਉੱਤੇ ਵੀ ਉਹ ਆਪਣੀ ਗੱਡੀ ਚਲਾਉਂਦੇ ਹੋਏ ਬ੍ਰੇਕ ਫੇਲ ਹੋ ਗਈ ਸੀ, ਐਕਸੀਡੈਂਟ ਹੋ ਗਿਆ ਸੀ। ਆਪਣੀ ਗੱਡੀ ਡਰਾਈਵ ਕਰਦੀ ਸੀਗੀ ਮੈਂ, ਮੈਡੀਕਲ ਲੈਣ ਰਹੀ ਆ ਮੇਰੀ। ਹਾਂਜੀ, ਅਤੇ ਫਿਰ ਵੀ ਤੁਸੀਂ ਇਹ ਸੰਘਰਸ਼ ਵਿੱਚ ਨਿਸ਼ਕਾਮ ਸੇਵਾ 'ਚ ਲੱਗੇ ਹੋਏ ਹੋ? ਮਨ ਨਹੀਂ, ਇੱਥੇ ਆ ਕੇ ਖੁਸ਼ੀ ਮਿਲਦੀ ਹੈ ਸਭ ਨੂੰ ਦੇਖ ਕੇ। ਬੰਦਾ ਇੱਕ ਤਾਂ ਰੋਟੀ ਖਾ ਲੈਂਦਾ, ਆਪਣਾ ਬੱਚਾ ਨਜ਼ਰ ਆਉਂਦਾ ਸਾਰਿਆਂ 'ਚ, ਇਕੱਲੇ ਤਾਂ ਦੁਬਾਰਾ ਵੀ ਖਾਣ ਨੂੰ ਆਉਂਦੀ। ਵਾਹ ਜੀ ਵਾਹ, ਇਹਨਾਂ ਸੰਘਰਸ਼ੀ ਨੌਜਵਾਨਾਂ ਵਿੱਚ ਇਹਨਾਂ ਨੂੰ ਆਪਣਾ ਬੱਚਾ ਨਜ਼ਰ ਆਉਂਦਾ ਹੈ, ਆਪਣੀ ਖੁਸ਼ੀ ਮਹਿਸੂਸ ਹੁੰਦੀ ਹੈ ਇੱਥੇ ਬੈਠ ਕੇ। ਗਰਮੀ ਦੇ ਵਿੱਚ ਬੈਠ ਕੇ ਤੁਸੀਂ ਦੇਖ ਸਕਦੇ ਹੋ ਕਿ ਕੋਈ ਏਸੀ ਨਹੀਂ ਹੈ, ਕੋਈ ਕੁਛ, ਇੱਕ ਫੈਨ ਹੈ, ਕੂਲਰ ਹੈ, ਅਤੇ ਇਹ ਨਿਸ਼ਕਾਮ ਸੇਵਾ ਕਰਦੇ ਆ। ਸੋ ਉਹਨਾਂ ਮਾਤਾਵਾਂ ਨੂੰ ਵੀ, ਮਾਈ ਭਾਗੋ ਦੀਆਂ ਵਾਰਸਾਂ ਜਿਹੜੀਆਂ ਅਜੇ ਵੀ ਪੰਜਾਬ ਵਿੱਚ ਜਿੰਦਾ ਨੇ, ਅਜੇ ਵੀ ਪੰਜਾਬੀਆਂ ਦੇ ਵਿੱਚ ਹੈ ਵੱਸਦੀਆਂ ਨੇ। ਸੋ ਆਓ, ਮੈਂ ਬੀਬੀ ਰਾਹੀਂ ਜੋ ਸੁਨੇਹਾ ਇਹਨਾਂ ਨੇ ਦਿੱਤਾ ਹੈ, ਸਾਰੇ ਰਲ ਮਿਲ ਕੇ ਇਸ ਸੰਘਰਸ਼ ਦਾ ਹਿੱਸਾ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।